ਅੱਜ ਅਸੀਂ ਸਮਰਾਲੇ ਦੇ ਪਿੰਡ 'ਚ ਜਿਹੜਾ ਹੈ ਟੂਰਨਾਮੈਂਟ ਕਰਾਇਆ ਜਾ ਰਿਹਾ ਹੈਗਾ ਹੈ ਫੁੱਟਬਾਲ ਦਾ, ਅਤੇ ਇਹਦਾ ਬੇਸਿਕ ਜਿਹੜਾ ਮੈਸੇਜ ਹੈ ਉਹ ਇਹ ਹੈ ਕਿ ਸੇ ਯੈਸ ਟੂ ਲਾਈਫ ਨੋਟ ਟੂ ਡਰੱਗਸ ਐਂਡ ਗੈਟ ਹਾਈ ਔਨ ਲਾਈਫ ਐਂਡ ਸਪੋਰਟਸ ਨੋਟ ਔਨ ਡਰੱਗਸ। ਅਤੇ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਹੈ, ਜਿੱਦਾਂ CM ਸਰ ਦਾ ਉਦੇਸ਼ ਹੈਗਾ ਕਿ ਰੰਗਲਾ ਪੰਜਾਬ ਬਣਾਉਣਾ ਹੈ, ਖੇਡਾਂ ਵਤਨ ਪੰਜਾਬ ਦੀਆਂ ਵੀ ਇਸੇ ਮਕਸਦ ਨਾਲ ਕਰਾਈਆਂ ਗਈ ਸੀਗੀਆਂ, ਐਂਡ ਹੁਣ SSP ਮੈਡਮ ਵੱਲੋਂ ਇੱਥੇ ਇਨੀਸ਼ੀਏਟਿਵ ਲਿੱਤਾ ਗਿਆ ਹੈ। ਪਹਿਲਾਂ ਵੀ ਇਹਨਾਂ ਨੇ ਜਿਮਨਾਸਟਿਕਸ ਦੀ ਮੀਟ ਕਰਾਈ ਸੀਗੀ, ਅੱਜ ਇੱਥੇ ਮੈਡਮ ਕਰਾ ਰਹੇ ਹੈਗੇ ਫੁੱਟਬਾਲ ਦਾ ਟੂਰਨਾਮੈਂਟ। ਇਹ ਬਹੁਤ ਹੀ ਇੱਕ ਵਧੀਆ ਸ਼ਲਾਘਾਯੋਗ ਕਦਮ ਹੈਗਾ ਹੈ ਜਿਹੜਾ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ। ਮੈਡਮ ਦੀ ਜਿਹੜੀ ਇਹ ਰੈਪਲੀਕੇਸ਼ਨ ਹੈ, ਹਰ ਇੱਕ ਪਿੰਡ ਦੇ ਵਿੱਚ ਵੀ ਜਾਣਾ ਬਹੁਤ ਹੀ ਜ਼ਰੂਰੀ ਹੈ। ਸੋ ਮੈਂ ਮੈਡਮ ਨੂੰ ਵੀ ਕੰਗਰੈਚੁਲੇਟ ਕਰਨਾ ਚਾਹੁੰਦੀ ਹਾਂ, ਇਹਨਾਂ ਨੇ ਬਹੁਤ ਹੀ ਸੋਹਣੀਆਂ ਵਰਦੀਆਂ ਵੀ ਦਿੱਤੀਆਂ ਹੈ ਬੱਚਿਆਂ ਨੂੰ, ਅਤੇ ਬੱਚਿਆਂ ਦੇ ਵਿੱਚ ਵੀ ਇੱਕ ਉਤਸ਼ਾਹ ਆਇਆ ਹੈਗਾ, ਐਂਡ ਇਹ ਆਪ ਹੀ ਆਪਣੇ ਆਪ 'ਚ ਮਿਸਾਲ ਬਣਨਗੇ, ਆਪਣੇ ਪਿੰਡਾਂ ਦੇ ਵਿੱਚ ਵੀ ਇਹੀ ਮੈਸੇਜ ਲੈ ਕੇ ਜਾਣਗੇ। ਸੋ ਮੈਂ ਮੈਡਮ ਨੂੰ ਦੁਬਾਰਾ ਕੰਗਰੈਚੁਲੇਟ ਕਰਦੀ ਹਾਂ, ਅਤੇ ਇੱਥੇ ਜਿਹੜੇ ਆਏ ਬੱਚੇ ਹੈਗੇ ਹੈ, 8 ਟੀਮਾਂ ਨੇ ਪਾਰਟੀਸੀਪੇਟ ਕਰਨਾ ਹੈ, ਅਤੇ ਇਹਨਾਂ ਨੂੰ ਕੈਸ਼ ਪ੍ਰਾਈਜ਼ ਵੀ ਦਿੱਤਾ ਜਾਣਾ ਹੈ, ਅਤੇ ਇੱਦਾਂ ਦੇ ਜਿਹੜੇ ਸਪੋਰਟਸ ਹੈਗੇ ਹੈ, ਸਪੋਰਟਸ ਐਕਟੀਵਿਟੀਜ਼ ਅਸੀਂ ਕਰਾਉਂਦੇ ਰਹਾਂਗੇ। ਥੈਂਕ ਯੂ। ਅੱਜ ਹੀ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ CM ਭਗਵੰਤ ਮਾਨ ਜੀ ਔਰ ਸਾਡੇ DGP ਪੰਜਾਬ ਗੌਰਵ ਯਾਦਵ ਸਰ ਵੱਲੋਂ ਸਾਨੂੰ ਸਾਰੇ ਜ਼ਿਲ੍ਹਿਆਂ ਨੂੰ ਪੁਲਿਸ ਦੇ ਇੱਕ ਡਾਇਰੈਕਸ਼ਨਸ ਦਿੱਤੀਆਂ ਗਈਆਂ ਕਿ ਅਸੀਂ ਜਿਹੜੀ ਡਰਾਈਵ ਅਗੇਂਸਟ ਡਰੱਗਸ ਚਲਾ ਰਹੇ ਉਹਦੇ 'ਚ ਇਨਫੋਰਸਮੈਂਟ ਦੇ ਨਾਲ ਨਾਲ ਅਸੀਂ ਕੁਛ ਨਾ ਕੁਛ ਪੋਜ਼ਿਟਿਵ ਐਕਟੀਵਿਟੀਜ਼ ਵੀ ਕਰਨੀਆਂ ਜਿਹਦੇ 'ਚ ਸਾਡੀ ਕਮਿਊਨਿਟੀ ਪਾਰਟੀਸੀਪੇਸ਼ਨ ਹੋਏ। ਉਹਦੇ ਤਹਿਤ ਹੀ ਅਸੀਂ ਅੱਜ ਸਮਰਾਲੇ ਦੇ ਸ਼ਾਹੀ ਸਪੋਰਟਸ ਕਾਲਜ ਵਿੱਚ ਇੱਕ ਫੁੱਟਬਾਲ 2 ਦਿਨਾਂ ਦਾ ਫੁੱਟਬਾਲ ਟੂਰਨਾਮੈਂਟ ਔਰਗਨਾਈਜ਼ ਕੀਤਾ, ਜਿਹਦਾ ਮੇਨ ਮਕਸਦ ਬੱਚਿਆਂ ਨੂੰ ਪੋਜ਼ਿਟਿਵ ਐਕਟੀਵਿਟੀਜ਼ ਜਿਵੇਂ ਸਪੋਰਟਸ ਹੋ ਗਏ ਜਾਂ ਫਿਰ ਦੂਜੇ ਕਲਚਰਲ ਇਵੈਂਟਸ ਹੁੰਦੇ ਉਹਦੇ ਵੱਲ ਲੈ ਕੇ ਜਾਣਾ ਹੈ। ਔਰ ਇੱਕ ਮੈਸੇਜ ਹੈ ਕਿਸੇ ਯੈਸ ਟੂ ਲਾਈਫ ਐਂਡ ਨੋ ਟੂ ਡਰੱਗਸ, ਜਿਵੇਂ ਹੁਣੇ DC ਮੈਮ ਨੇ ਵੀ ਦੱਸਿਆ ਵੀ ਇਸ ਤਰ੍ਹਾਂ ਦੀ ਚੀਜ਼ਾਂ 'ਚ ਜਦੋਂ ਵਿਲਿੰਗਲੀ ਯੂਥ ਇਨਵੋਲਵ ਹੋਏਗਾ ਤਾਂ ਆਪਣੇ ਆਪ ਉਹਨਾਂ ਦਾ ਆਈਡਲ ਮਾਇੰਡ ਅਤੇ ਜਿਹੜਾ ਡਰੱਗਸ ਵੱਲ ਧਿਆਨ ਜਾਂਦਾ ਬਿਲਕੁਲ ਨਹੀਂ ਜਾਏਗਾ। ਅਤੇ ਅਸੀਂ ਹੋਪ ਕਰਦੇ ਤੁਹਾਡੇ ਥਰੂ ਵੀ ਕਿ ਤੁਸੀਂ ਵੀ ਆਪਣੇ ਮੀਡੀਆ ਦੇ ਮਾਧਿਅਮ ਰਾਹੀਂ ਹੋਰ ਵੀ ਸਾਡੀ ਜਿਹੜੀ ਖੰਨਾ ਜ਼ਿਲ੍ਹੇ ਦੀ ਸਿਟੀਜ਼ਨਸ ਹੈ ਉਹਨਾਂ ਨੂੰ ਇਸ ਵੱਲ ਤੋਰੋਗੇ ਕਿ ਸਾਡੇ ਨਾਲ ਜਿਹੜੇ ਡਰਾਈਵ ਅਗੇਂਸਟ ਡਰੱਗਸ ਹੈ ਉਹਦੇ 'ਚ ਸਾਡੇ ਨਾਲ ਜੁੜੋ ਔਰ ਜਿਹੜੇ ਅਸੀਂ ਨਸ਼ੇ ਦੇ ਪਿੱਛੇ ਲੱਗੇ ਹੋਏ ਉਹਨੂੰ ਠੱਲ ਪਾਈਏ। ਅਸੀਂ ਜੀ ਦੇਖੋ ਜੀ ਸਾਡਾ ਜਿਹੜਾ ਇਨਫੋਰਸਮੈਂਟ ਡਰਾਈਵ ਹੈ ਉਹ ਤਾਂ ਕੰਟੀਨਿਊ ਚੱਲਦਾ ਹੈ, ਜਿਹੜੇ ਅਸੀਂ FIRs ਕਰਦੇ ਆ, ਜੇ ਹੁਣ ਅੱਜ ਕੱਲ੍ਹ ਅਸੀਂ ਪ੍ਰੋਪਰਟੀ ਡਰੱਗ ਪੈਡਲਰਸ ਦੀ ਪ੍ਰੋਪਰਟੀ ਸੀਜ਼ ਕਰਨ ਵੱਲ ਲੱਗੇ ਹੋਏ ਆ 4 ਫੀਚਰ। ਉਹਦੇ ਨਾਲ ਨਾਲ ਅਸੀਂ ਕੁਛ ਕਾਲਜਸ 'ਚ ਕੁਛ ਡਰਾਮਾ ਵਗੈਰਾ ਵੀ ਕਰਾਉਂਦੇ, ਸਕੂਲ ਕਾਲਜਸ 'ਚ ਕੁਛ ਦੂਜੇ ਫੰਕਸ਼ਨਸ ਵੀ ਕਰਾਏ ਜਿਵੇਂ ਪੋਸਟਰ ਮੇਕਿੰਗ ਇਹਨਾਂ। ਤਾਂ ਇਹ ਸਾਡਾ ਕੰਟੀਨਿਊ ਪ੍ਰੋਸੈਸ ਹੈ ਜੀ, ਅੱਜ ਅਸੀਂ ਫੁੱਟਬਾਲ ਕਰਾ ਰਹੇ ਹਾਂ, ਹੁਣ ਕੁਛ ਹੋਰ ਪਲਾਨ ਕਰਾਂਗੇ, ਬਟ ਇਹ ਕੰਟੀਨਿਊਡ ਹੀ ਰਹੇਗਾ। ਸਰ ਏਜ ਲਿਮਿਟ ਕਿੰਨੀ ਹੈਗੀ ਹੈ ਬੱਚਿਆਂ ਦੀ ਜਿਹੜੀ ਟੂਰਨਾਮੈਂਟ? ਜਿਹੜਾ ਇਹ ਫੁੱਟਬਾਲ ਦਾ ਮੈਚ ਹੈ ਇਹਦੇ 'ਚੋਂ 15 ਸਾਲ ਤੋਂ ਅਸੀਂ ਏਜ ਬ੍ਰੈਕਟ ਚੁਣਿਆ, ਬਟ ਜਿਵੇਂ ਲਾਸਟ ਵੀਕ ਅਸੀਂ ਇੱਕ ਕਰਾਟੇ ਦਾ ਫੰਕਸ਼ਨ ਕੰਪੀਟੀਸ਼ਨ ਕਰਾਇਆ ਸੀ ਉਹਦੇ 'ਚ ਬਾਅਦ 'ਚ ਛੋਟੇ ਛੋਟੇ ਬੱਚੇ 6 ਸਾਲ ਦੇ ਬੱਚੇ ਵੀ ਜਿਹੜੇ ਵਿਲਿੰਗ ਆ ਗਏ ਸੀਗੇ। ਸੋ ਇੱਦਾਂ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ, ਬਟ ਜੋ ਰੂਲਸ ਆਫ ਦਾ ਗੇਮ ਹੁੰਦੇ ਉਹ ਤਾਂ ਅਸੀਂ ਫੋਲੋ ਕਰ ਰਹੇ ਹਾਂ। ਸਰ ਪੇਰੈਂਟਸ ਵੀ ਇਨਵੋਲਵ ਕੀਤੇ ਗਏ, ਉਹਨਾਂ ਨੂੰ ਵੀ ਇਨਵੀਟੇਸ਼ਨ ਦਿੱਤਾ ਗਿਆ? ਦੇਖੋ ਜੀ ਇੱਥੇ ਬੇਸਿਕਲੀ ਅਸੀਂ ਤਾਂ ਟੀਮਾਂ ਬੁਲਾਈਆਂ, ਬਟ ਪੇਰੈਂਟਸ ਇਫ ਦੇ ਵਾਂਟ ਟੂ ਕਮ ਮੋਸਟ ਵੈਲਕਮ। ਉਸ ਤੋਂ ਇਲਾਵਾ ਅਸੀਂ ਇੱਥੇ ਆਪਣੀ ਨਾ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਸਾਰੇ ਪਿੰਡਾਂ 'ਚ। ਇੱਥੇ ਜਿਹੜੀ ਸਮਰਾਲਾ ਪੁਲਿਸ ਸਟੇਸ਼ਨ ਦੇ ਅਧੀਨ ਪਿੰਡ ਪੈਂਦੇ ਉਹਨਾਂ ਦੀ ਕਮੇਟੀਆਂ ਨੂੰ ਬੁਲਾਇਆ ਔਰ ਉਹ ਕਾਫੀ ਛੇਤੀ ਪਹੁੰਚ ਰਹੇ ਇੱਥੇ। ਥੈਂਕ ਯੂ।